ਪੰਜਾਬ ਸਰਕਾਰ ਭਾਵੇਂ ਹੀ ਜਨਤਾ ਲਈ ਵੈਕਸੀਨ ਉਪਲਬਧ ਕਰਾਉਣ ਦੇ ਵਿੱਚ ਅਸਮਰੱਥ ਹੋਵੇ ਪਰ ਗੁਰੂ ਦੇ ਘਰ ਦੇ ਵਿੱਚ ਸੰਗਤ ਲਈ ਇਸ ਦਾ ਪ੍ਰਸ਼ਾਦ ਵੀ ਮਿਲਣਾ ਸ਼ੁਰੂ ਹੋ ਗਿਆ। ਜਿਹਾ ਗੁਰੂ ਰਾਮਦਾਸ ਦੀ ਨਗਰੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੈਕਸੀਨੇਸ਼ਨ ਕੈਂਪ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਹਰ ਵਰਗ ਦੇ ਲੋਕਾਂ ਨੂੰ ਹੁਣ ਕੋਵਿਡ ਵੈਕਸੀਨ ਲੱਗਣੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਨੂੰ ਕੋਵਿਡ ਮੁਕਤ ਕਰਨ ਦੀ ਕੋਸ਼ਿਸ਼ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਦੀ ਮੁਮਕਿਨ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਵੈਕਸੀਨੇਸ਼ਨ ਕੈਂਪ ਦੇ ਉਦਘਾਟਨ ਮੌਕੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ ਰਹੇ। ਇੱਥੇ ਪਹੁੰਚੀ ਲੋਕਾਂ ਦੀ ਭੀੜ ਸਾਬਤ ਕਰਨ ਲਈ ਕਾਫੀ ਸੀ ਕਿ ਲੋਕ ਵੈਕਸੀਨੇਸ਼ਨ ਲਈ ਕਿਸ ਕਦਰ ਉਡੀਕ ਕਰ ਰਹੇ ਸਨ। ਅੱਜ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਵਿਖੇ ਵੈਕਸੀਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਬਹੁਤ ਵਧੀਆ ਪ੍ਰਬੰਧ ਉਪਰਾਲਾ ਸ਼੍ਰੋਮਣੀ ਕਮੇਟੀ ਦਾ, ਇਹ ਹਰ ਸੰਸਥਾ ਨੂੰ ਇੱਦਾਂ ਕਰਨਾ ਚਾਹੀਦਾ। ਅਸੀਂ ਤਾਂ ਸ਼੍ਰੋਮਣੀ ਕਮੇਟੀ ਨੂੰ ਮਤਲਬ ਮਤਲਬ ਸਰਕਾਰ ਵੱਲੋਂ ਜੇ ਨਹੀਂ ਆ ਰਹੀ ਇਹ ਪ੍ਰਬੰਧ ਕਰੇ ਬੜੀ ਚੰਗੀ ਗੱਲ ਆ, ਕੌਮ ਲਈ ਵਧੀਆ ਹੈਗਾ। ਕੌਮ ਦਾ ਸ਼੍ਰੋਮਣੀ ਕਮੇਟੀ ਜਿਹੜੀ ਆ ਕੌਮ ਦੀ ਬੜੀ ਵੱਡੀ ਸੰਸਥਾ ਹੈਗੀ ਆ ਕੌਮ ਦੀ, ਇਹਦੇ ਸਾਰੀ ਕੌਮ ਜਿਹੜੀ ਆ ਉਹਨੂੰ ਫਖਰ ਮਹਿਸੂਸ ਕਰਦੀ ਹੈ ਇਹਦੇ ਵੀ ਕਰ ਰਹੇ ਆ। ਇਹ ਬਹੁਤ ਵਧੀਆ ਸੇਵਾ ਇਹਨਾਂ ਨੇ ਸ਼ੁਰੂ ਕੀਤੀ ਹੈ ਤੇ ਸਾਰਿਆਂ ਨੂੰ ਇੱਥੇ ਆ ਕੇ ਲਵਾਉਣਾ ਚਾਹੀਦਾ ਕਿਉਂਕਿ ਹੋਰ ਕਿਤੇ ਵੀ ਅਵੇਲੇਬਲ ਨਹੀਂ ਹੋ ਪਾ ਰਹੀ। 18 ਅਬਵ ਦੇ ਜਿਹੜੇ ਸਟੂਡੈਂਟਸ ਹੈ ਉਹ ਕਿਤੇ ਵੀ ਅਵੇਲੇਬਲ ਨਹੀਂ ਹੋ ਪਾ ਰਹੀ। ਅਸੀਂ ਬਹੁਤ ਜਗ੍ਹਾ ਟਰਾਈ ਕੀਤਾ ਤੇ ਇੱਥੇ ਆ ਕੇ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਉਹਨਾਂ ਦੇ ਆਸ਼ੀਰਵਾਦ ਨਾਲ ਸਾਨੂੰ ਵੈਕਸੀਨ ਅੱਜ ਅਵੇਲੇਬਲ ਹੋ ਪਾਈ ਹੈ। ਪੰਜਾਬ ਦੇ ਵੱਖੋ ਵੱਖ ਹਿੱਸਿਆਂ ਦੇ ਵਿੱਚ ਕੋਵਿਡ ਸੈਂਟਰ ਖੋਲਣ ਵਾਲੀ ਐਸਜੀਪੀਸੀ ਦੀਆਂ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਨੇ ਜਿਸ ਨਾਲ ਲੋਕਾਂ ਨੂੰ ਫਾਇਦਾ ਮਿਲ ਰਿਹਾ। ਹੁਣ ਤੱਕ ਖੋਲੇ ਗਏ ਕੋਵਿਡ ਸੈਂਟਰਾਂ ਦੇ ਵਿੱਚ ਮਰੀਜ਼ਾਂ ਨੂੰ ਤਾਂ ਸਾਰੀਆਂ ਸਹੂਲਤਾਵਾਂ ਦਿੱਤੀਆਂ ਹੀ ਜਾ ਰਹੀਆਂ ਨੇ ਪਰ ਆਉਣ ਵਾਲੇ ਸਮੇਂ ਦੀ ਵੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਮੈਡੀਕਲ ਮਦਦ ਦੀ ਘਾਟ ਕਰਕੇ ਕਿਸੇ ਦੀ ਜਾਨ ਨਾ ਜਾਵੇ ਤੇ ਇਹੀ ਵਜ੍ਹਾ ਕਿ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਐਸਜੀਪੀਸੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪਿਛਲੇ ਸਮੇਂ 9 ਕੋਵਿਡ ਕੇਅਰ ਸੈਂਟਰ ਅਸੀਂ ਖੋਲੇ ਔਰ ਕਿਉਂ ਖੋਲੇ ਕਿਉਂਕਿ ਜਦੋਂ ਦੁਨੀਆ ਤੜਪ ਰਹੀ ਸੀ, ਜਦੋਂ ਘਰ ਘਰ ਵਿੱਚੋਂ ਲਾਸ਼ਾਂ ਨਿਕਲ ਰਹੀਆਂ ਸਨ, ਜਦੋਂ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ, ਜਦੋਂ ਸਾਰੇ ਸੰਸਾਰ ਦੇ ਲੋਕਾਂ 'ਚ ਹਾਹਾਕਾਰ ਮਚੀ ਹੋਈ ਸੀ, ਕੋਈ ਦਵਾਈ ਨਹੀਂ ਸੀ ਮਿਲ ਰਹੀ, ਕੋਈ ਡਾਕਟਰ ਨਹੀਂ ਸੀ ਮਿਲ ਰਿਹਾ, ਕੋਈ ਵੈਂਟੀਲੇਟਰ ਨਹੀਂ ਸੀ ਮਿਲ ਰਿਹਾ, ਕੋਈ ਆਕਸੀਜਨ ਨਹੀਂ ਸੀ ਮਿਲ ਰਹੀ, ਕੋਈ ਹਸਪਤਾਲ ਨਹੀਂ ਸੀ ਮਿਲ ਰਿਹਾ। ਮੇਰਾ ਖਿਆਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਵੇਲੇ ਚਿੰਤਾ ਲੱਗੀ ਅਤੇ ਮੈਂ ਉਸ ਵੇਲੇ ਪ੍ਰਧਾਨ ਸਾਹਿਬ ਜੀ ਨਾਲ ਸਲਾਹ ਕੀਤੀ, ਪ੍ਰਧਾਨ ਸਾਹਿਬ ਸਾਨੂੰ ਕੋਈ ਅਗਵਾਈ ਦਿਓ ਕਿਉਂਕਿ ਤੁਹਾਡੇ ਸੋਰਸਿਸ ਬਹੁਤ ਨੇ, ਤੁਸੀਂ ਬਹੁਤ ਵੱਡੀਆਂ ਸੇਵਾਵਾਂ ਭਾਵੇਂ ਭਾਰਤ ਸਰਕਾਰ 'ਚ ਕੀਤੀਆਂ ਭਾਵੇਂ ਪੰਜਾਬ ਦੀ ਸਰਕਾਰ 'ਚ ਕੀਤੀਆਂ, ਤੁਹਾਡੇ ਹੱਥ ਲੰਬੇ ਨੇ, ਤੁਸੀਂ ਬਹੁਤ ਵੱਡੇ ਲੋਕਾਂ ਨੂੰ ਜਾਣਦੇ ਵੀ ਹੋ, ਜਿੱਥੋਂ ਅਸੀਂ ਇਹ ਦਵਾਈਆਂ ਲੈ ਸਕੀਏ, ਜਿੱਥੋਂ ਅਸੀਂ ਸੋਚ ਲੈ ਸਕੀਏ। ਮੈਂ ਧੰਨਵਾਦ ਇਸ ਲਈ ਕਰਦੀ ਹਾਂ ਕਿਉਂਕਿ ਕੋਈ ਕਿਸੇ ਨੂੰ ਰਾਹ ਦਿਖਾਉਣ ਵਾਲੇ ਵੀ ਹੁੰਦੇ ਹੈ, ਕੋਈ ਦਰਦ ਵੀ ਰੱਖਦੇ ਹੈ। ਅੱਜ ਕੋਈ ਲੀਡਰ ਬਾਹਰ ਨਹੀਂ ਨਿਕਲ ਰਿਹਾ, ਮੈਂ ਇਸ ਗੱਲ ਦਾ ਵੀ ਧੰਨਵਾਦ ਕਰਦੀ ਬਾਦ ਸਾਹਿਬ, ਤੁਸੀਂ ਉਹ ਵੀ ਜ਼ਿੰਮੇਵਾਰੀ ਨਾਲ ਵੀ ਨਿਭਾਉਣ ਲੱਗ ਪਏ ਕਿ ਜੇ ਸਾਨੂੰ ਇਹ ਸਕੀਮ ਅਸੀਂ ਡਾਕਟਰ ਨਾਲ ਸਲਾਹ ਕਰਕੇ ਕੰਸੈਂਟਰੇਟਰ ਪਹਿਲਾਂ ਸ਼ੁਰੂ ਕੀਤੇ, 9 ਕੋਵਿਡ ਸੈਂਟਰ ਸਾਡੇ ਖੁੱਲ੍ਹ ਚੁੱਕੇ ਹੈ। ਪੂਰਾ ਗੁਰੂ ਕਾ ਲੰਗਰ ਤਿਆਰ ਕਰਕੇ ਦੇਣਾ, ਪੂਰੀ ਡਾਇਟ ਦੇਣੀ ਔਰ ਨਾਲ ਨਾਲ ਮਾਹਰ ਡਾਕਟਰ ਜਿਹੜੇ ਹੈ ਉਹ ਉਪਲਬਧ ਕਰਾਉਣੇ, ਮੇਰਾ ਖਿਆਲ ਹੈ ਗੁਰੂ ਦੀ ਬਖਸ਼ਿਸ਼ ਹੋਈ ਹੈ। ਅਸੀਂ ਸਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਲਾਹ ਕਰਕੇ ਜੋ ਕੀਤਾ, ਮੈਂ ਸਮਝਦੀ ਹਾਂ ਕਿ ਅੱਜ ਸੰਗਤਾਂ ਨੇ ਬਹੁਤ ਬੜਾ ਸਨਮਾਨ ਕੀਤਾ, ਬਹੁਤ ਸੰਗਤਾਂ ਇਸ ਨੂੰ ਸ਼ਾਬਾਸ਼ ਦੇ ਰਹੀਆਂ, ਬਹੁਤ ਸਲਾਹ ਦੇ ਰਹੀਆਂ। ਇਸੇ ਕਰਕੇ ਜੋ ਕੈਨੇਡਾ ਕੀ, ਅਮੈਰੀਕਾ ਕੀ, ਯੂਕੇ ਕੀ, ਨਿਊਜ਼ੀਲੈਂਡ ਕੀ, ਦੁਬਈ ਕੀ, ਵੱਖ ਵੱਖ ਥਾਵਾਂ ਦੇ ਉੱਤੋਂ ਸਾਨੂੰ ਸੰਗਤਾਂ ਦੇ ਸਹਿਯੋਗ ਦੇ ਕੇ ਸ਼ਰਧਾ ਦੇ ਨਾਲ ਆਪ ਕੰਸੈਂਟਰੇਟਰ ਭੇਜੇ, ਨਾਲ ਹੁਣ ਉਹਨਾਂ ਨੇ ਵੈਂਟੀਲੇਟਰ ਕੱਲ੍ਹ ਚੱਲ ਪਏ ਹੈ ਟੋਰਾਂਟੋ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ। ਪੂਰੀ ਕਮੇਟੀ ਨੇ ਅਪੀਲ ਪਾਈ ਕਿ ਬੀਬੀ ਜੀ ਨੇ ਕਿਹਾ ਕਿ ਹੁਣ ਕੰਸੈਂਟਰੇਟਰ ਭਾਵੇਂ ਘੱਟ ਕਰ ਦਿਉ ਲੇਕਿਨ ਸਾਨੂੰ ਵੈਂਟੀਲੇਟਰ ਭੇਜੋ। ਤੀਜਾ ਪੜਾਅ ਆ ਰਿਹਾ, ਅਸੀਂ ਤੀਜੇ ਪੜਾਅ ਦੀ ਤਿਆਰੀ ਕਰਨੀ ਹੈ ਕਿ ਸਾਨੂੰ ਘੱਟੋ ਘੱਟ 100 ਵੈਂਟੀਲੇਟਰ ਲਾਈਏ ਤਾਂ ਜੋ ਅਸੀਂ ਲੋਕਾਂ ਦੀ ਉਹ ਵੀ ਸੇਵਾ ਕਰ ਸਕੀਏ। ਕੋਈ ਤੜਪੇ ਨਾ ਮਰ ਜਾਣ, ਕੋਈ ਇਹ ਨਾ ਕਵੇ ਕਿ ICU 'ਚ ਥਾਂ ਨਹੀਂ ਮਿਲੀ, ਬੈੱਡ ਨਹੀਂ ਮਿਲਿਆ, ਵੈਂਟੀਲੇਟਰ ਨਹੀਂ ਮਿਲਿਆ, ਅਸੀਂ ਉਹ ਵੀ ਅਗਲੇ ਪੜਾਅ ਦੀ ਤਿਆਰੀ ਕਰਨ ਲੱਗ ਪਏ। ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਵੈਕਸੀਨੇਸ਼ਨ ਡਰਾਈਵ ਦਾ ਉਦਘਾਟਨ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ। ਉਹਨਾਂ ਸਵਾਲ ਪੁੱਛਿਆ ਕਿ ਜਦੋਂ ਐਸਜੀਪੀਸੀ ਆਪਣੇ ਪੱਧਰ ਤੇ ਲੋਕਾਂ ਲਈ ਵੈਕਸੀਨ ਮੁਹੱਈਆ ਕਰਵਾ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ ਕਿਉਂ ਵਾਰ ਵਾਰ ਵੈਕਸੀਨ ਦੀ ਘਾਟ ਦਾ ਰੋਣਾ ਰੋਂਦੀ ਹੈ। ਇਸ ਤੋਂ ਇਲਾਵਾ ਉਹਨਾਂ ਕੈਪਟਨ ਅਤੇ ਮੋਦੀ ਸਰਕਾਰ ਦੀਆਂ ਕੋਵਿਡ ਸੰਬੰਧੀ ਨੀਤੀਆਂ ਦੀ ਵੀ ਆਲੋਚਨਾ ਕੀਤੀ।
जिसका खमियाजा आम जनता नु भुगतना पै रहा। जो जिम्मेवारी सरकार दी सी वो सरकार अपनी जिम्मेवारी पूरी नहीं कर रही। आज दा अखबार मैं पढ़िया तो मैं अफसर नूं ही पुछिया, कहिंदे साडे कोले कोई वैक्सीन नहीं है। आ पंजाब सरकार दे अफसर दा कहना है ते अखबारां दे आज। मैं उन्होंने पूछा फिर कदों आउणगे, कहिंदे सानूं कोई पता नहीं। सरकार नूं पता नहीं, सरकार को इंतजाम कर नहीं रही। सब तो वध मौतां पंजाब च हो रही हैं, सब तो वध लोग पिंडां दे खास करके रूरल एरिया च लोकी बहुत बीमारी फैल रही है। तो मैं धनवादी हाँ श्रोमणी गुरुद्वारा प्रबंधक कमेटी का। इस जंग विच कोविड की जंग विच श्रोमणी गुरुद्वारा प्रबंधक कमेटी ने सही मिने ते दिन रात मेहनत करके आ सेवा संभाली है। तो मैं SGPC वालों अमृतसर तो वैक्सीनेशन कैंप की शुरुआत की गई है। तो आने वाले समय के सारे तख्त साहबाना से अजिहे कैंप लगा के संगत की सेवा की जाएगी। गुरु रामदास हस्पताल के स्टाफ की मदद नाल यह सारिया सेवावां निरंतर जारी ने, जिस नाल सैकड़े मरीजों को चंगी सेहत का प्रसाद मिल रहा है। मनिंदर सिंह मोंगा, PTC News, अमृतसर।